ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੋਬ ਅਲਰਟ ਤੇ ਸੋ ਪੰਜਾਬ ਟੈਟ ਦਸੰਬਰ 2022 ਟੈਸਟ ਸੀਰੀਜ਼ ਅਗਲਾ ਭਾਗ ਭਾਗ 9 ਤੁਹਾਡੇ ਲਈ ਲੈ ਕੇ ਆਏ ਹਾਂ ਸੋ ਮੌਕ ਟੈਸਟ ਤੇ ਆਪਾਂ ਟੈਸਟ ਸੀਰੀਜ਼ ਜਿਹੜੀ ਸਟਾਰਟ ਕੀਤੀ ਹੋਈ ਹੈ ਸੀਡੀਪੀ ਦੇ ਐਮਸੀਕਿਊ ਪ੍ਰਸ਼ਨ ਉੱਤਰ ਜਿਹੜੇ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਸੋ ਡੇਲੀ 3 ਵਜੇ ਈਵਨਿੰਗ ਹੈ ਜਿਹੜੀ ਆਪਣੀ ਕਲਾਸ ਹੁੰਦੀ ਹੈ ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਐਮਸੀਕਿਊ ਪ੍ਰਸ਼ਨ ਉੱਤਰ ਤਾਂ ਕੱਲ ਕੱਲ ਜਿਹੜਾ ਭਾਗ ਆਖਰੀ ਪ੍ਰਸ਼ਨ ਕਰਿਆ ਸੀਗਾ ਕਮਜ਼ੋਰ ਬੱਚਿਆਂ ਦਾ ਪੱਧਰ ਜਿਹੜਾ ਕਿਸ ਤਰ੍ਹਾਂ ਉੱਚਾ ਕੀਤਾ ਜਾ ਸਕਦਾ ਹੈ ਤਾਂ ਇਹਦਾ ਜ ਉਨ੍ਹਾਂ ਦੇ ਵੱਲ ਵਿਸ਼ੇਸ਼ ਧਿਆਨ ਦੇ ਕੇ ਆਪਸ਼ਨ ੜਾ ਤਾਂ ਅਗਲੇ ਪ੍ਰਸ਼ਨ ਤੋਂ ਆਪਾਂ ਜੜਾ ਸਟਾਰਟ ਕਰਾਂਗੇ ਲਗਭਗ 200 ਕੁਐਸਚਨ 200 ਪਲੱਸ ਕੁਐਸਚਨ ਜਿਹੜਾ ਕਵਰ ਹੋ ਚੁੱਕਿਆ ਆਪਣਾ ਸੋ ਅੱਜ ਨੌਵਾਂ ਭਾਗ ਹੈ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਗੇ ਤਾਂ ਅਗਲਾ ਪ੍ਰਸ਼ਨ ਹੈ ਜੀ ਕਲਾਸ ਦੇ ਵਿੱਚ ਅਨੁਸ਼ਾਸਨ ਰੱਖਣ ਦਾ ਸਭ ਤੋਂ ਵਧੀਆ ਅਤੇ ਪ੍ਰਭਾਵੀ ਤੰਗ ਹੈ ਜਿਹੜਾ ਕਿਹੜਾ ਹੁੰਦਾ ਇਨ ਆਰਡਰ ਟੂ ਕੀਪ ਡਿਸਪਲਿਨ ਇਨ ਦਾ ਕਲਾਸ the best and most effective method ਤਾਂ ਇਹਦੀ ਆਪਸ਼ਨ ਆਪਣੇ ਅਗਲੇ ਪੇਜ ਤੇ ਨੇ ਤਾਂ ਇਸੇ ਤਰ੍ਹਾਂ ਤੁਹਾਨੂੰ ਇਗਜ਼ਾਮ ਦੇ ਵਿੱਚ ਆਉਣਗੀਆਂ ਅਨੁਸ਼ਾਸਨ ਭੰਗ ਕਰਨ ਵਾਲੇ ਵਿਦਿਆਰਥੀ ਨੂੰ ਕਲਾਸ ਦੇ ਵਿੱਚੋਂ ਬਾਹਰ ਕੱਢ ਦੇਣਾ ਜਾਂ ਅਨੁਸ਼ਾਸਨ ਭੰਗ ਕਰਨ ਵਾਲੇ ਵਿਦਿਆਰਥੀ ਦੇ ਮਾਪਿਆਂ ਨੂੰ ਸੂਚਿਤ ਕਰਨਾ ਜਾਂ ਅਨੁਸਾਚਿਤ ਅਨੁਸ਼ਾਸਨ ਭੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਖੁਸ਼ ਕਰਨਾ ਜਾਂ ਆਪਣੇ ਪੜਾਉਣ ਦੇ ਢੰਗ ਨੂੰ ਦਿਲਚਸਪ ਬਣਾਉਣਾ ਤਾਂ ਕਲਾਸ ਦੇ ਵਿੱਚ ਅਨੁਸ਼ਾਸਨ ਰੱਖਣ ਦਾ ਸਭ ਤੋਂ ਵਧੀਆ ਅਤੇ ਪ੍ਰਭਾਵੀ ਜਿਹੜਾ ਢੰਗ ਹੁੰਦਾ ਹੈ ਉਹ ਹੁੰਦਾ ਆਪਣੇ ਪੜਾਉਣ ਦੇ ਢੰਗ ਨੂੰ ਦਿਲਚਸਪ ਬਣਾਉਣਾ ਨਾ ਕਿ ਰੱਟੇ ਰਟਾਇਆ ਜੋ ਤੁਸੀਂ ਪੜਿਆ ਉਹ ਵਿਦਿਆਰਥੀਆਂ ਉੱਤੇ ਥੋਪ ਦੇਣਾ ਸੋ ਜੋ ਤੁਹਾਡਾ ਪੜਾਉਣ ਦਾ ਢੰਗ ਹੈ ਉਹਨੂੰ ਦਿਲਚਸਪ ਜਿਹੜਾ ਬਣਾਉਣਾ ਇੰਟਰਸਟਿੰਗ ਜਿਹਨੂੰ ਆਪਾਂ ਕਹਿ ਸਕਦੇ ਆ ਟੂ ਮੇਕ ਯਰ ਟੀਚਿੰਗ ਵਰਕ ਇੰਟਰਸਟਿੰਗ ਇਨ ਆਰਡਰ ਟੂ ਚੈੱਕ ਇਨ ਡਿਸਿਪਲਿਨ ਤਾਂ ਆਪਸ਼ਨਸ ਆ ਸਾਈਡ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਕਿ ਇੱਕ ਵਿਦਿਆਰਥੀ ਨੂੰ ਸ਼੍ਰੇਣੀ ਦੇ ਵਿੱਚ ਪ੍ਰਸ਼ਨ ਪੁੱਛਣ ਦੀ ਆਗਿਆ ਜਿਹੜੀ ਹੋਣੀ ਚਾਹੀਦੀ ਹੈ ਸ਼ੂਡ ਸਟੂਡੈਂਟ ਬੀ ਅਲਾਉਡ ਟੂ ਆਸਕ ਕੁਐਸ਼ਚਨਸ ਇਨ ਦਾ ਕਲਾਸ ਨਿਸ਼ਚਿਤ ਰੂਪ ਨਾਲ ਕਦੇ ਨਹੀਂ ਕਦੇ-ਕਦੇ ਜਾਂ ਜਦੋਂ ਅਧਿਆਪਕ ਪਸੰਦ ਕਰੇ ਤਾਂ ਇਹ ਜਿਹੜਾ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਉੜਾ ਨਿਸ਼ਚਿਤ ਰੂਪ ਨਾਲ ਇੱਕ ਵਿਦਿਆਰਥੀ ਨੂੰ ਕਲਾਸ ਦੇ ਵਿੱਚ ਸ਼੍ਰੇਣੀ ਦੇ ਵਿੱਚ ਪ੍ਰਸ਼ਨ ਪੁੱਛਣ ਦੀ ਆਗਿਆ ਜਿਹੜੀ ਹੋਣੀ ਚਾਹੀਦੀ ਹੈ ਜਿਹਨੂੰ ਆਪਾਂ ਸ਼ੋਰਲੀ ਕਹਾਂਗੇ ਇੰਗਲਿਸ਼ ਦੇ ਵਿੱਚ ਤਾਂ ਆਪਸ਼ਨ ਉ ਡਾ ਜਿਹੜਾ ਆਪਣਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਅਧਿਆਪਕ ਦੀ ਕਿਹੜੀ ਵਿਸ਼ੇਸ਼ਤਾ ਕਲਾਸਰੂਮ ਦਾ ਅਨੁਸ਼ਾਸਨ ਬਣਾਉਣ ਦੇ ਵਿੱਚ ਯੋਗਦਾਨ ਜਿਹੜੀ ਦਿੰਦੀ ਹੈ ਉਹ ਕਿਹੜੀ ਅਧਿਆਪਕ ਦੀ ਵਿਸ਼ੇਸ਼ਤਾ ਹੈ ਵਿਚ ਆਫ ਦਾ ਫੋਲੋਇੰਗ ਟੀਚਰਸ qualities contribute most of the classroom discipline ta char option hai aakarshak vyaktitva inupar charming personality kehne ya changa vivahar changiyan aadat ta prabhavshali sikhya ya rahan sahan da saada tang ta ik adhyapak di jehdi visheshta hundi hai jo classroom de vich jehda anushasan banon de vich yogdan dindi hai ਤਾਂ ਉਹ ਹੁੰਦੀ ਹੈ ਜੀ ਪ੍ਰਭਾਵਸ਼ਾਲੀ ਸਿੱਖਿਆ ਸੋ ਕਈਆਂ ਨੇ ਸੱਸਾ ਵੀ ਲਾਇਆ ਹੁਣ ਇਹ ਵੀ ਇੱਕ ਪਾਰਟ ਹੈ ਪਰਪਾ ਅਕੋਰਡਿੰਗ ਟੂ ਕੁਐਸਚਨ ਜੋ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਉਹਦੇ ਹਿਸਾਬ ਨਾਲ ਟਿੱਕਾ ਜਿਹੜੀ ਲਗਾਉਣੀ ਹੈ ਇਹ ਮਿਲਦੀਆਂ ਜੁਲਦੀਆਂ ਆਪਸ਼ਨਾਂ ਨੇ ਇਹਦੇ ਵਿੱਚ ਕਨਫਿਊਜ਼ ਜਿਹੜਾ ਤੁਸੀਂ ਜ਼ਰੂਰ ਹੋਵੋਗੇ ਪ੍ਰਭਾਵਸ਼ਾਲੀ ਢੰਗ ਜਿਹੜਾ ਆਪਣਾ ਰਾਈਟ ਆਨਸਰ ਆਏਗਾ ਅਫੈਕਟਿਵ ਟੀਚਿੰਗ ਜਿਵੇਂ ਆਪਾਂ ਇਸ ਤੋਂ ਪਹਿਲਾਂ ਵਾਲਾ ਕੁਐਸਚਨ ਕਰਕੇ ਆਏ ਹਾਂ ਅਨੁਸਾਰ ਤੁਹਾਨੂੰ ਰੱਖਣ ਦਾ ਸਭ ਤੋਂ ਵਧੀਆ ਤੇ ਪ੍ਰਭਾਵੀ ਢੰਗ ਤਾਂ ਇਹਦਾ ਅੰਸਰ ਜਿਹੜਾ ਬਣਿਆ ਸੀ ਇਸ ਕੁਐਸਚਨ ਦੇ ਹਿਸਾਬ ਨਾਲ ਬਣਿਆ ਸੀਗਾ ਕਿ ਆਪਣੇ ਪੜਾਉਣ ਦੇ ਢੰਗ ਨੂੰ ਦਿਲਚਸਪ ਬਣਾਉਣਾ ਇਸੇ ਤੋਂ ਨਿਕਲ ਕੇ ਇੱਕ ਕੁਐਸਚਨ ਆਇਆ ਕਿ ਅਧਿਆਪਕ ਦੀ ਕਿਹੜੀ ਵਿਸ਼ੇਸ਼ਤਾ ਹੈ ਜਿਹੜੀ ਕਲਾਸਰੂਮ ਵਿੱਚ ਅਨੁਸ਼ਾਸਨ ਬਣਾਉਣ ਦੇ ਵਿੱਚ ਯੋਗਦਾਨ ਦਿੰਦੀ ਹੈ ਤਾਂ ਪ੍ਰਭਾਵਸ਼ਾਲੀ ਸਿੱਖਿਆ ਅਫੈਕਟਿਵ ਟੀਚਿੰਗ ਜੀ ਇਸ ਨੂੰ ਆਪਾਂ ਕਹਾਂਗੇ ਤਾਂ ਇਹ ਘੱਤਨਾ ਵੀ ਜਿਹੜਾ ਇਹਦੇ ਨਾਲ ਇੱਕ ਅਧਿਆਪਕ ਦੇ ਨਾਲ ਜੁੜੀਆਂ ਨੇ ਪਰ ਅਕੋਰਡਿੰਗ ਟੂ ਕੁਐਸਚਨ ਆਪਣਾ ਈਡੀ ਅੰਸਰ ਹੈ ਜਿਹੜਾ ਬਣੇਗਾ ਅਗਲਾ ਪ੍ਰਸ਼ਨ ਹੈ فرض ਕਰੋ ਤੁਹਾਨੂੰ ਹਰ ਗੱਲ ਤੇ ਭਾਸ਼ਣ ਦੇਣ ਦੀ ਆदत ਹੈ ਜਿਹੜੀ ਉਹ ਪੈ ਗਈ ਹੈ ਜੋ ਕਿ ਬਹੁਤ ਸਪਸ਼ਟ ਹੈ ਵਿਦਿਆਰਥੀ ਆਪਣੇ ਢੰਗ ਨਾਲ ਤੁਹਾਡਾ ਮਖੌਲ ਹੈ ਜਿਹੜਾ ੜਾਉਂਦੇ ਨੇ ਤਾਂ ਇਸ ਤੇ ਤੁਹਾਡੀ ਪ੍ਰਤੀਕਿਰਿਆ ਜਿਹੜੀ ਕੀ ਹੋਏਗੀ ਪ੍ਰਤੀਕਿਰਿਆ ਜਾਨੀ ਕਿ ਤੁਹਾਡਾ ਰਿਐਕਸ਼ਨ ਜਿਹੜਾ ਕੀ ਹੋਏਗਾ ਤਾਂ ਚਾਰ ਆਪਸ਼ਨ ਆ ਦੋਸ਼ੀਆਂ ਨੂੰ ਲੱਭ ਕੇ ਉਹਨਾਂ ਨੂੰ ਚੇਤਾਵਨੀ ਵਜੋਂ ਸਜ਼ਾ ਦੇਵੋਗੇ ਜਾਂ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਕੇ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋਗੇ ਜਿਸ ਬਾਰੇ ਪ੍ਰਵਾਹ ਨਹੀਂ ਕਰੋਗੇ ਜਾਂ ਆਪਣੇ ਕਿਸੇ ਸਾਥੀ ਅਧਿਆਪਕ ਨੂੰ ਇਸ ਲਈ ਦੋਸ਼ੀ ਹੈ ਜਿਹੜਾ ਠਹਿਰਾਉਂਗੇ ਅਗਰ ਤੁਹਾਨੂੰ ਹਰ ਗੱਲ ਤੇ ਜਿਹੜਾ ਭਾਸ਼ਣ ਦੇਣ ਦੀ ਸਪੀਚ ਦੇਣ ਦੀ ਹੈਬਟ ਪੈ ਗਈ ਹੈ ਤਾਂ ਇਸ ਤੇ ਜਿਹੜਾ ਤੁਸੀਂ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਕੇ ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਰੋਗੇ ਨਾ ਕਿ ਤੁਸੀਂ ਉਹਨਾਂ ਵਿਦਿਆਰਥੀ ਨੂੰ ਸਜ਼ਾ ਦੇਵੋਗੇ ਜਾਂ ਇਸ ਬਾਰੇ ਪ੍ਰਵਾਹ ਨਹੀਂ ਕਰੋਗੇ ਇਗਨੋਰ ਕਰੋਗੇ ਜਾਂ ਕਿਸੇ ਅਧਿਆਪਕ ਨੂੰ ਇਸ ਲਈ ਦੋਸ਼ੀ ਠਹਿਰਾਉਂਗੇ ਬਲਕਿ ਆਪਣੀ ਕਮਜ਼ੋਰੀ ਅਸੈਪਟ ਐਂਡ ਆਫ ਯੂਅਰ ਵੀਕਨੈਸ ਐਂਡ ਟਰਾਈ ਟੂ ਰਿਮੂਵ ਇਟ ਆਪਸ਼ਨ ਆ ਰਹਾ ਜਿਹੜਾ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਮੰਨ ਲਓ ਤੁਸੀਂ ਨਰਸਰੀ ਕਲਾਸ ਦੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਤਾਂ ਕੀ ਤੁਸੀਂ ਉਹਨਾਂ ਨੂੰ ਹੋਮਵਰਕ ਹੈ ਜਿਹੜਾ ਦੇਵੋਗੇ ਸੋ ਇਹ ਕੁਐਸਚਨ ਆਇਆ ਹੋਇਆ ਹੈ ਥੋੜਾ ਬਦਲ ਕੇ ਆਇਆ ਹੋਇਆ ਹੈ ਇਹ ਪੁੱਛਿਆ ਗਿਆ ਸੀ ਕਿ ਨਰਸਰੀ ਕਲਾਸ ਦੇ ਬੱਚਿਆਂ ਨੂੰ ਹੋਮਵਰਕ ਹੈ ਜਿਹੜਾ ਦੇਣਾ ਚਾਹੀਦਾ ਹੈ ਇੱਥੇ ਥੋੜਾ ਜਿਹਾ ਇੰਨਾ ਕਿ ਇਹਦੇ ਵਿੱਚ ਐਡ ਕੀਤਾ ਗਿਆ ਕਿ ਤੁਸੀਂ ਨਰਸਰੀ ਕਲਾਸ ਦੇ ਬੱਚਿਆਂ ਨੂੰ ਪੜਾ ਰਹੇ ਹੋ। ਹਰ ਰੋਜ਼ ਕਦੇ-ਕਦੇ ਹਫ਼ਤੇ ਦੇ ਅੰਤ ਵਿੱਚ ਜਾਂ ਕਿਸੇ ਦਿਨ ਵੀ ਨਹੀਂ। ਜੂ ਆਰ ਹੈਂਡਲਿੰਗ ਨਰਸਰੀ ਚਿਲड्रन, ਵੁਡ ਯੂ ਅਸਾਈਨ ਹੋਮਵਰਕ ਟੂ them? ਤਾਂ ਇਹਦਾ ਆਪਣਾ ਆਨਸਰ ਬਣੇਗਾ ਕਿਸੇ ਦਿਨ ਵੀ ਨਹੀਂ। ਨਰਸਰੀ ਦੇ ਬੱਚਿਆਂ ਨੂੰ ਜਿਹੜਾ ਕਿਸੇ ਦਿਨ ਵੀ ਹੋਮਵਰਕ ਜਿਹੜਾ ਨਹੀਂ ਦਿੱਤਾ ਜਾਂਦਾ। ਕਿਉਂਕਿ ਬੱਚੇ ਛੋਟੇ ਹੁੰਦੇ ਆ। ਤਾਂ অপਸ਼ਨ ਸਾ ਨੋਟ ਔਨ ਐਨੀ ਡੇ ਤਾਂ অপਸ਼ਨ ਸਾ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਿਸ ਦਾ ਚਾਲ ਚਲਨ ਬਥੇਰੇ ਪ੍ਰਭਾਵ ਹੈ ਜਿਹੜਾ ਪਾਉਂਦਾ ਹੈ ਬਹੁਪੱਖੀ ਵਿਕਾਸ ਲਈ ਜਿਹੜਾ ਪੁੱਛਿਆ ਗਿਆ ਫੋਰ ਦਾ ਆਲ ਰౌండ్ ਡਿਵੈਲਪਮੈਂਟ ਆਫ ਸਟੂਡੈਂਟਸ ਹੂਸ ਕੰਡਕਟ ਅਫੈਕਟ ਦਾ ਮੋਸਟ ਸਰਪ੍ਰਸਤਾ ਦਾ ਅਧਿਆਪਕਾਂ ਦਾ ਪ੍ਰਿੰਸੀਪਲ ਦਾ ਜਸਟਿਸ ਮੈਂਡ ਦਾ ਤਾਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਆਲ ਰਾਊਂਡ ਡਿਵੈਲਪਮੈਂਟ ਤੇ ਲਈਏ ਜਿਹੜਾ ਚਾਲ ਚੱਲਣ ਅਤੇ ਵਿਹਾਰ ਤੇ ਵਿਦਿਆਰਥੀ ਜਿਹੜਾ ਪ੍ਰਭਾਵ ਪਾਉਂਦਾ ਹੈ ਉਹ ਅਧਿਆਪਕਾਂ ਦਾ ਟੀਚਰਸ ਦਾ ਇਫੈਕਟ ਜਿਹੜਾ ਜ਼ਿਆਦਾ ਪੈਂਦਾ ਹੈਗਾ ਵਿਦਿਆਰਥੀਆਂ ਦੇ ਚਾਲ ਚੱਲਣ ਅਤੇ ਉਹਨਾਂ ਦੇ ਬਹੁਪੱਖੀ ਵਿਕਾਸ ਦੇ ਵਿੱਚ অপশন 8d ਆਪਣਾ রাইট आंसर आएगा। अगला प्रश्न है विद्यार्थियों ਦੀ ਬੁਰੀਆਂ ਆਦਤਾਂ ਨੂੰ ਛਡਵਾਉਣ ਲਈ ਅਧਿਆਪਕ ਨੂੰ ਗਿਆਨ ਹੈ ਜਿਹੜਾ ਹੋਣਾ ਚਾਹੀਦਾ ਹੈ। ਕਿਸ ਚੀਜ਼ ਦਾ ਜਿਹੜਾ ਗਿਆਨ ਅਧਿਆਪਕ ਨੂੰ ਹੋਣਾ ਚਾਹੀਦਾ ਹੈ? ਤਾਂ ਬ੍ਰੇਕ ਚਿਲड्रन'ਸ बैड ਹੈਬਿਟ ਹੈਬਿਟ ਇਸ ਅ ਟੀਚਰ ਸ਼ੁੱਡ ਹੈਵ ਨੋਲੇਜ ਆਫ ਸਿੱਖਿਆ ਦਰਸ਼ਨ ਦਾ এডਿਕੇਸ਼ਨ ਫਿਲਾਸੋਫੀ ਜੀ ਨੂੰ ਪਕ ਕਹਿੰਦੇ ਆ ਜਾਂ ਸਿੱਖਿਆ ਵਿਵਸਥਾ ਦਾ এডਿਕੇਸ਼ਨ ਐਡਮਿਨਿਸਟ੍ਰੇਸ਼ਨ ਬੱਚੇ ਦੇ ਵਿਕਾਸ ਦਾ ਚਾਈਲਡ ਡਿਵੈਲਪਮੈਂਟ ਦਾ ਜਾ ਕਲਾਸਰੂਮ ਵਿੱਚ ਵਿਵਸਥਾ ਦੀ ਗਤੀਸ਼ੀਲਤਾ ਦਾ ਡਾਇਨਾਮਿਕ ਆਫ ਕਲਾਸਰੂਮ ਮੈਨੇਜਮੈਂਟ ਤਾਂ ਵਿਦਿਆਰਥੀਆਂ ਦੀਆਂ ਬੁਰੀਆਂ ਆਦਤਾਂ ਨੂੰ ਛਡਵਾਉਣ ਲਈ ਜਿਹੜਾ ਇੱਕ ਅਧਿਆਪਕ ਨੂੰ ਗਿਆਨ ਹੋਣਾ ਚਾਹੀਦਾ ਹੈ ਉਹ ਸਿੱਖਿਆ ਦਰਸ਼ਨ ਦਾ ਹੋਣਾ ਚਾਹੀਦਾ ਹੈ ਐਜੂਕੇਸ਼ਨ ਫਿਲਾਸਫੀ ਦਾ ਜਿਹੜਾ ਗਿਆਨ ਹੋਣਾ ਚਾਹੀਦਾ ਤਾਂ ਜੋ ਬੱਚਿਆਂ ਦੀਆਂ ਬੈਡ ਹੈਬਿਟਸ ਜਿਹੜੀਆਂ ਹਟਾ ਸਕੇ ਤਾਂ ਆਪਸ਼ਨ ਊੜਾ ਜਿਹੜਾ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਵਿਦਿਆਰਥੀਆਂ ਦੀ ਵਿਗਿਆਨ ਵਿੱਚ ਰੁਚੀ ਪੈਦਾ ਕਰਨ ਲਈ ਤੁਸੀਂ ਜਿਹੜਾ ਕੀ ਕਰੋਗੇ ਤੁਸੀਂ ਵਿਦਿਆਰਥੀਆਂ ਦੇ ਵਿੱਚ ਵਿਗਿਆਨ ਦੀ ਰੁਚੀ ਪੈਦਾ ਕਰਨੀ ਹੈ ਤਾਂ ਇਸ ਤੇ ਤੁਸੀਂ ਕੀ ਕਰੋਗੇ what will you do to create students interest in science ਵਿਗਿਆਨਕਾਂ ਦੀਆਂ ਜੀਵਨੀਆਂ ਸੁਣਾਉਂਗੇ ਜਾਂ ਵਿਗਿਆਨ ਦੇ ਮਹੱਤਮ ਦੇ ਭਾਸ਼ਣ ਦੇਵੋਗੇ ਜਾਂ ਵਿਗਿਆਨ ਦਾ ਅਧਿਆਪਨ ਲਾਜ਼ਮੀ ਕਰ ਦੇਵੋਗੇ ਜਾਂ ਵਿਗਿਆਨ ਵਿੱਚ ਵਿਦਿਆਰਥੀਆਂ ਦੀ ਰੁਚੀ ਹੈ ਤਾਂ ਜਿਹੜਾ ਬਕਿਆਸ ਕਰੂੰਗੀ ਤਾਂ ਇਹਦਾ ਰਾਈਟ ਆਨਸਰ ਬਣੇਗਾ ਆਪਸ਼ਨ ਸਸਾ ਵਿਗਿਆਨ ਵਿੱਚ ਵਿਦਿਆਰਥੀਆਂ ਦੀ ਰੁਚੀ ਦਾ ਜਿਹੜਾ ਤੁਸੀਂ ਵਿਕਾਸ ਕਰੋਗੇ ਅਗਰ ਵਿਦਿਆਰਥੀਆਂ ਦੇ ਵਿੱਚ ਵਿਗਿਆਨ ਵਿਸ਼ੇ ਦੀ ਜਾਂ ਸਬਜੈਕਟ ਦੀ ਜਾਂ ਵਿਗਿਆਨ ਦੀ ਰੁਚੀ ਹੈ ਜਿਹੜੀ ਤੁਸੀਂ ਪੈਦਾ ਕਰਨੀ ਹੈ ਡਿਵੈਲਪਰ ਸਟੂਡੈਂਟਸ ਇੰਟਰਸਟ ਇਨ ਸਾਇੰਸ ਤਾਂ ਆਪਸ਼ਨ ਸਸਾਇਡ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਪੜਾਈ ਵਿੱਚ ਵਿਦਿਆਰਥੀਆਂ ਦੀ ਰੁਚੀ ਕਾਇਮ ਰੱਖਣ ਲਈ ਤੁਸੀਂ ਕੀ ਕਰੋਗੇ ਪੜਾਈ ਵਿੱਚ ਵਿਦਿਆਰਥੀ ਰੁਚੀ ਤੁਸੀਂ ਬਣਾਈ ਰੱਖਣਾ ਚਾਹੁੰਦੇ ਹੋ ਜਿਵੇਂ ਪਾ ਇੰਟਰਸਟ ਕਹਿੰਦੇ ਆ ਇੰਟਰਸਟ ਆਫ ਸਟੂਡੈਂਟਸ ਕੈਨ ਬੀ ਮੇਨਟੇਨਡ ਇਨ ਦਾ ਕਲਾਸਰੂਮ ਬਾਈ ਨੋਟਿਸ ਹੈ ਜਿਹੜੇ ਤੁਸੀਂ ਲਿਖਵਾਉਣੇ ਚਾਹੋਗੇ ਜਾਂ ਲਿਖਵਾਉਣੇ ਚਾਹੀਦੇ ਨੇ ਜਾਂ ਰੋਜ਼ਾਨਾ ਜੀਵਨ ਵਿੱਚ ਉਦਾਹਰਨਾਂ ਦੇਣੇ ਚਾਹੀਦੀਆਂ ਨੇ ਜਾਂ ਪਾਠ ਪੁਸਤਕਾਂ ਤੋਂ ਪੜਾਉਣਾ ਚਾਹੀਦਾ ਹੈ ਜਾਂ ਬਲੈਕ ਬੋਰਡ ਤੇ ਲਿਖਣਾ ਚਾਹੀਦਾ ਹੈ ਤਾਂ ਪੜ੍ਹਾਈ ਵਿੱਚ ਵਿਦਿਆਰਥੀਆਂ ਦੀ ਰੁਚੀ ਕਾਇਮ ਕਰ ਲਈਏ ਜਿਹੜਾ ਰੋਜ਼ਾਨਾ ਜੀਵਨ ਦੇ ਵਿੱਚੋਂ ਉਦਾਹਰਨਾਂ ਨੇ ਜਿਹੜੀਆਂ ਦੇਣੀਆਂ ਚਾਹੀਦੀਆਂ ਨੇ ਗਿਵਿੰਗ ਡੇਲੀ ਲਾਈਫ ਐਗਜ਼ਾਮਪਲਸ ਰੋਜ਼ਾਨਾ ਜੀਵਨ ਦੇ ਵਿੱਚੋਂ ਉਦਾਹਰਨ ਦੇਣਾ ਕੋਈ ਵੀ ਟੀਚਰ ਪੜਾਉਂਦਾ ਹੈ ਅਗਰ ਤੁਹਾਨੂੰ ਪੜਾਉਂਦੇ ਸਮੇਂ ਵਿੱਚੋਂ ਉਦਾਹਰਨਾਂ ਦਿੰਦਾ ਹੈ ਤਾਂ ਉਹ ਕਨਸੈਪਟ ਹੈ ਜਿਹੜਾ ਆਪਾਂ ਨੂੰ ਜਲਦੀ ਸਮਝ ਆਉਂਦਾ ਸੋ ਉਦਾਹਰਨਾਂ ਡੈਫੀਨੇਸ਼ਨਸ ਜਿਹੜੀਆਂ ਬਹੁਤ ਜਾਂ ਐਗਜ਼ਾਮਪਲਸ ਜਿਹਨੂੰ ਆਪਾਂ ਕਹਿੰਦੇ ਆ ਉਹ ਬਹੁਤ ਜ਼ਰੂਰੀ ਹੁੰਦੀਆਂ ਨੇ ਤਾਂ ਪੜ੍ਹਾਈ ਦੇ ਵਿੱਚ ਇਸੇ ਕਾਰਨ ਇਹ रुचि ਹੈ ਉਹ ਕਾਇਮ ਰਹਿੰਦੀ ਹੈ ਤਾਂ ਆਪਸ਼ਨ ਆੜਾ ਜਿਹੜਾ ਆਪਣਾ ਰਾਈਟ ਆਨਸਰ ਆਏਗਾ ਸੋ ਵੀਡੀਓ ਨੂੰ ਅੱਗੇ ਜਰੂਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅਗਲਾ ਪ੍ਰਸ਼ਨ ਹੈ ਕਲਾਸ ਦੇ ਵਿੱਚ ਵਿਦਿਆਰਥੀਆਂ ਦੀ ਸੰਖਿਆ ਵਧਣ ਦੇ ਨਾਲ ਕੀ ਜਿਹੜਾ ਹੁੰਦਾ ਹੈ? ਅਗਰ ਕਲਾਸ ਦੇ ਵਿੱਚ ਵਿਦਿਆਰਥੀਆਂ ਦੀ ਸੰਖਿਆ ਵੱਧ ਜਾਂਦੀ ਹੈ। ਇਨਕਰੀਜ਼ ਇਨ ਦਾ ਨੰਬਰ ਆਫ ਸਟੂਡੈਂਟਸ ਇਨ ਕਲਾਸ ਰਿਜ਼ਲਟਸ ਇਨ ਵਿਅਕਤੀਗਤ ਧਿਆਨ ਦੇਣ ਦੇ ਵਿੱਚ ਮੁਸ਼ਕਲ ਆਉਂਦੀ ਹੈ। ਜਦ ਵਿਦਿਆਰਥੀਆਂ ਦੀ ਭਾਗੀਦਾਰੀ ਵਾਧੀ ਹੈ, ਜਾਂ ਫਿਰ भिन्न ਪ੍ਰਕਾਰ ਦੇ ਵਿਚਾਰ ਨੇ ਜਿਹੜਾ ਪੈਦਾ ਹੁੰਦੇ ਨੇ, ਜਾਂ ਸਮਾਜਿਕ ਸਬੰਧ ਹੈ ਜਿਹੜੇ ਬਿਹਤਰ ਹੁੰਦੇ ਨੇ। ਤਾਂ ਅਗਰ ਕਲਾਸ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਹੈ ਜਿਹੜੀ ਵੱਧ ਜਾਂਦੀ ਹੈ, increase in the number of students in class result is ਤਾਂ ਇਹਦੇ ਨਾਲ ਜਿਹੜਾ ਵਿਅਕਤੀਗਤ ਤੌਰ ਤੇ ਧਿਆਨ ਦੇਣ ਦੇ ਵਿੱਚੋ ਮੁਸ਼ਕਲ ਹੈ ਜਿਹੜੀ ਆਉਂਦੀ ਹੈ ਇਹਨੂੰ ਆਪਾਂ ਕਹਿੰਦੇ ਆ ਡਿਫਿਕਲਟੀ ਇਨ ਪੇਇੰਗ ਇਨ ਵਿਜੂਅਲ ਇੰਟੈਂਸ਼ਨ ਤਾਂ ਵਿਦਿਆਰਥੀ ਦੀ ਸੰਖਿਆ ਜ਼ਿਆਦਾ ਹੋ ਜਾਂਦੀ ਹੈ ਤਾਂ ਇੱਕ ਅਧਿਆਪਕ ਜਿਹੜਾ ਜਦੋਂ ਪੜਾਉਂਦਾ ਹੈ ਤਾਂ ਫਿਰ ਉਹ ਵਿਦਿਆਰਥੀਆਂ ਤੇ ਜਿਆਦਾ ਧਿਆਨ ਜਿਹੜਾ ਨਹੀਂ ਰੱਖ ਸਕਦਾ ਕਿਉਂਕਿ ਸੰਖਿਆ ਵਿਦਿਆਰਥੀਆਂ ਦੀ ਜ਼ਿਆਦਾ ਹੋ ਜਾਂਦੀ ਹੈ ਤਾਂ ਆਪਸ਼ਨ ਊੜਾ ਜਿਹੜਾ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਰੁਚੀ ਕੀ ਹੈ ਜਾਂ ਰੁਚੀ ਹੈ ਜਿਹਨੂੰ ਆਪ ਐਟੀਟਿਊਡ ਕਹਿੰਦੇ ਆ ਭਾਵਨਾ ਹੈ ਸੰਵਾਦ ਹੈ ਕਿਰਿਆ ਹੈ ਜਾਂ ਫਿਰ ਤਿਆਰੀ ਹੈ ਤਾਂ ਐਟੀਟਿਊਡ ਰੁਚੀ ਤਾਂ ਇਸ ਨੂੰ ਜਿਹੜੇ ਆਪ ਭਾਵਨਾ ਕਹਾਂਗੇ ਜਿਹਨੂੰ ਆਪ ਇੰਗਲਿਸ਼ ਦੇ ਵਿੱਚ ਫੀਲਿੰਗ ਕਹਿੰਦੇ ਆ ਐਟੀਟਿਊਡ ਇਸ ਫੀਲਿੰਗ ਰੁਚੀ ਜਿਹੜੀ ਉਹ ਭਾਵਨਾ ਹੈ ਆਪਸ਼ਨ ਊੜਾ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਰੁਚੀ ਦੇ ਵਿਕਾਸ ਦਾ ਪ੍ਰੀਨਾਮ ਕੀ ਹੈ? ਐਟੀਟਿਊਡ ਡਿਵੈਲਪਮੈਂਟ ਇਜ਼ ਦਾ ਰਿਜ਼ਲਟ ਆਫ ਤਜਰਬੇ, ਗਿਆਨ, ਅਹਿਸਾਸ ਜਾਂ ਫਿਰ ਇਹ ਸਾਰੇ? ਤਾਂ ਰੁਚੀ ਦੇ ਵਿਕਾਸ ਦਾ ਜਿਹੜਾ ਪ੍ਰੀਨਾਮ ਹੈ ਇਹ ਸਾਰੇ ਆਏਗਾ। ਜਿਤੇ ਵਿੱਚ ਤਜਰਬਾ ਆ ਗਿਆ, ਗਿਆਨ ਵੀ ਆ ਗਿਆ ਅਤੇ ਅਹਿਸਾਸ ਵੀ ਆ ਗਿਆ। ਐਕਸਪੀਰੀਅੰਸ ਆ ਗਿਆ, ਫੀਲਿੰਗਸ ਆ ਗਈਆਂ, ਪਰਸੈਪਸ਼ਨਸ ਆ ਗਈਆਂ, ਆਲ ਆਫ ਆਬ। ਆਲੋਫ ਆਪਾ ਬਪਾਣਾ ਰਾਈਟ ਆਨਸਰ ਆਏਗਾ ਸੋ ਇਹਨਾਂ ਨੂੰ ਕੋ ਜਰੂਰ ਧਿਆਨ ਰੱਖਿਓ ਕਈ ਵਾਰ ਇਹਨਾਂ ਚ ਕੋਈ ਇੱਕ ਆਪਸ਼ਨ ਪਾ ਦਿੱਤੀ ਜਾਂਦੀ ਹੈ ਤਿੰਨ ਗਲਤ ਪਾ ਦਿੱਤੀ ਇਹਦੇ ਨਹੀਂ कंफ्यूज ਕਰਨ ਲਈ ਕਿਉਂਕਿ ਬਿਲਕੁਲ ਸੌਖਾ ਕੁਐਸਚਨ ਕਦੇ ਵੀ ਨਹੀਂ ਪਾਇਆ ਜਾਂਦਾ ਕਦੇ ਕਦਾਰ ਹੁੰਦਾ ਹੈ ਕਿ ਕੋਈ ਤੁਹਾਨੂੰ ਡਾਇਰੈਕਟਲੀ ਬਿਲਕੁਲ ਸੌਖਾ ਕੁਐਸਚਨ ਆ ਗਿਆ ਥੋੜਾ ਇਹ ਤੁਹਾਨੂੰ कंफ्यूज ਜਿਹੜਾ एग्जाम ਦੇ ਵਿੱਚ ਕੀਤਾ ਜਾਂਦਾ ਹੈ ਕੋਈ ਵੀ एग्जाम ਹੈ ਜਿਹੜਾ ਤੁਸੀਂ ਦੇਣ ਜਾ ਰਹੇ ਹੋ ਅਗਲਾ ਪ੍ਰਸ਼ਨ ਹੈ ਉਰੂਚੀ ਚਰਿੱਤਰ ਪਰਿਭਾਸ਼ਿਤ ਕਰਦੀ ਹੈ ਕਿਸ ਨੂੰ ਇਹੜਾ ਪਰਿਭਾਸ਼ਿਤ ਕਰਦੀ ਹੈ ਰੁਚੀ ਜਾਂ ਕਿ ਐਟੀਟਿਊਡ ਕਹਨ ਟਰਮੀਨਾਈਨ ਦਾ ਕੈਰੈਕਟਰਸ ਆਫ ਕੰਮ ਦਾ ਵਿਚਾਰ ਸ਼ਕਤੀ ਦਾ ਕਿਰਿਆ ਦਾ ਜਾਂ ਸਮਝ ਦਾ ਤਾਂ ਰੁਚੀ ਚਰਿੱਤਰ ਐਟੀਟਿਊਡ ਕੈਰੈਕਟਰ ਜਿਹਨੂੰ ਆਪਾਂ ਕਹਿੰਦੇ ਆ ਤਾਂ ਇਹੜੀ ਪਰਿਭਾਸ਼ਿਤ ਕਰ ਸਕਦੀ ਹੈ ਉਹ ਵਿਚਾਰ ਸ਼ਕਤੀ ਨੂੰ ਹੈ ਆਪਸ਼ਨ ਆੜਾ ਮੋਟਿਵ ਪਾਵਰ ਜਿਸ ਨੂੰ ਆਪਾਂ ਕਹਾਂਗੇ ਤਾਂ ਇਸ ਨੂੰ ਜਿਹੜਾ ਐਟੀਟਿਊਡ ਕੈਰੈਕਟਰਸ ਹੈ ਪਰਿਭਾਸ਼ਿਤ ਕਰਦੀ ਹੈ ਤਾਂ ਆਪਸ਼ਨ ਅੜਾ ਆਪਣਾ ਰਾਈਟ ਆਨਸਰ ਆਏਗਾ ਤਾਂ ਐਟੀਟਿਊਡ ਕਨਸੈਪਟ ਦੇ ਵਿੱਚੋਂ ਕਾਫੀ ਕੁਐਸਚਨ ਆ ਜਿਹੜੇ ਬੰਦੇ ਆ ਅਗਲਾ ਪ੍ਰਸ਼ਨ ਹੈ ਲੋਕਾਂ ਦੀ ਰੁਚੀ ਅਧਿਆਪਨ ਪ੍ਰਤੀ ਵਧੇ ਰਹੀ ਹੈ ਜਿਹੜੀ ਕਿਉਂ ਹੋ ਰਹੀ ਹੈ ਪੀਪਲਸ ਐਟੀਟਿਊਡ ਇਸ ਗੇਟਿੰਗ ਪੋਜ਼ਿਟਿਵ ਟੁਵਾਰਡਸ ਟੀਚਿੰਗ ਬਿਕਾਜ਼ ਆਫ ਉੱਚ ਵੇਤਨ ਮਾਨ ਕਰਕੇ ਜਾਨਕੀ ਹਾਈ ਸਕਿੱਲ ਕਰਕੇ ਘੱਟ ਕੰਮ ਕਰਨ ਅਧਿਆਪਕ ਨੂੰ ਇੱਕ ਕਿਤੇ ਵਜੋਂ ਅਪਣਾਉਣ ਕਾਰਨ ਜਾਂ ਬਹੁਤ ਸਾਰੀਆਂ ਛੁੱਟੀਆਂ ਦੇ ਕਾਰਨ ਤਾਂ ਲੋਕਾਂ ਦੀ ਰੁਚੀ ਹੈ ਜਿਹੜੀ ਅਧਿਆਪਨ ਪ੍ਰਤੀ ਵਧੇਰੇ ਜਿਹੜੀ ਹੋਣ ਦਾ ਕਾਰਨ ਹੈ ਉਹ ਅਧਿਆਪਨ ਨੂੰ ਇੱਕ ਕਿਤੇ ਵਜੋਂ ਅਪਣਾਉਣ ਦੇ ਕਾਰਨ ਟੀਚਿੰਗ ਐਜ਼ ਅ profession ਤਾਂ ਇਸ ਕਰਕੇ ਲੋਕਾਂ ਦੀ ਰੁਚੀ ਹੈ ਜਿਹੜੀ ਇਹਦੇ ਆਪਣੇ ਪ੍ਰਤੀ ਵਧੇਰੇ ਹੋ ਰਹੀ ਹੈ অপਸ਼ਨ ਈ ਜਿਹੜਾ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਅਧਿਆਪਨ ਦੀ ਪ੍ਰਮੁੱਖ ਵਿਸ਼ੇਸ਼ਤਾ ਜਿਹੜੀ ਉਹ ਕੀ ਹੈ ਇੰਪੋਰਟੈਂਟ ਫੀਚਰਸ ਆਫ ਥਿਸ ਅ professions ਇਸ ザ ਆਰ ਇ ਕ ਕਿਤੇ ਜਨ ਕੀਤੇ ਆਪਨ ਦੀ ਪ੍ਰਮੁੱਖ ਵਿਸ਼ੇਸ਼ਤਾ ਪੁੱਛਿਆ ਗਿਆ ਗਿਆ ਗਿਆਨ ਦੀ ਸਰਚਨਾ ਉਚਿਤ ਸਿੱਖਲਾਈ ਹੈ ਵਚਨਬੱਧਤਾ ਹੈ ਜਾਂ ਇਹ ਸਾਰੀਆਂ ਤਾਂ ਇਹਦੇ ਵਿੱਚ ਆਲ ਆਫ ਅਬਾਬੀ ਬਣੇਗਾ ਇਹ ਸਾਰੀਆਂ ਜਿਹੜਾ ਆਏਗਾ ਬਾਡੀ ਆਫ ਨੋਲਜ ਆ ਗਿਆ ਪ੍ਰੋਪਰ ਟ੍ਰੇਨਿੰਗ ਆ ਗਿਆ ਤਾਂ ਆ ਲੋ ਉਹ ਅਵੈਲੇਬਲ ਵਿੱਚ ਆਏਗਾ ਅਗਲਾ ਪ੍ਰਸ਼ਨ ਹੈ ਅਧਿਆਪਨ ਕਿਤੇ ਨੂੰ ਅਪਣਾਉਣ ਲਈ ਜ਼ਰੂਰੀ ਹੈ ਕੀ ਹੈ ਜਿਹੜਾ ਜ਼ਰੂਰੀ ਹੈ ਇੱਕ ਅਧਿਆਪਨ ਕਿਤੇ ਨੂੰ ਅਪਣਾਉਣ ਲਈ ਟੂ ਮੇਕ ਟੀਚਿੰਗ ਅ ਪ੍ਰੋਫੈਸ਼ਨ ਇਟ ਇਜ਼ ਅ ਸਟਾਈਲ ਥੈਟ ਇਸ ਵਿੱਚ ਕਾਫੀ ਪ੍ਰਸਿੱਧੀ ਜੜੀ ਹੋਣੀ ਚਾਹੀਦੀ ਹੈ ਜਾਂ ਅਧਿਆਪਕਾਂ ਦੇ ਵਿੱਚ ਵਚਨਬੱਤਾਂ ਹੋਣੀ ਚਾਹੀਦੀ ਹੈ ਜਾਂ ਸਖਤ ਮਿਹਨਤ ਹੈ ਜਿਹੜੀ ਹੋਣੀ ਚਾਹੀਦੀ ਹੈ ਜਾਂ ਤਨਖਾਹ ਹੈ ਜਿਹੜੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਅਧਿਆਪਨ ਦੇ ਕਿੱਤੇ ਨੂੰ ਅਪਣਾਉਣ ਲਈ ਅਧਿਆਪਕਾਂ ਦੇ ਵਿੱਚ ਜਿਹੜੀ ਵਚਨਬੱਤ ਹੈ ਜਿਹੜੀ ਹੋਣੀ ਚਾਹੀਦੀ ਹੈ ਅਗਰ ਤੁਸੀਂ ਟੀਚਿੰਗ ਪ੍ਰੋਫੈਸ਼ਨਲ ਅਪਣਾਉਣਾਗਾ ਇੱਕ ਟੀਚਰ ਬਣਨਾ ਹੈ ਤਾਂ ਅਧਿਆਪਕਾਂ ਦੇ ਵਿੱਚ ਵਚਨਬੱਤ ਹੈ ਜਿਹੜੀ ਹੋਣੀ ਚਾਹੀਦੀ ਹੈ অপশন আর ਆਪਣਾ রাইট आंसर आएगा अगला प्रश्न है और कितन तरीक अध्यापन कितਿਆਂ ਦਾ ਵੀ ਇਹ ਜਿਹੜਾ ਹੋਣਾ ਚਾਹੀਦਾ ਐਸ ਆਦਰ professions टीचिंग professions should have also have नेशनल काउंसिल कैंपस प्लेसमेंट स्किल ओरिएंटेड इंस्ट्रक्शंस ਜਾਂ ਫਿਰ ਉਪਰੋਕਤ ਸਾਰੇ ਤਾਂ ਹੋਰ ਕਿਤੇ ਤਰ੍ਹਾਂ ਅਧਿਆਪਨ ਕੀਤਾ ਜਿਹੜਾ ਇਹ ਉਪਰੋਕਤ ਸਾਰੇ ਆਨਸਰ ਬਣੇਗਾ ਨੈਸ਼ਨਲ ਕੌਂਸਲ ਕੈਂਪਸ ਪਲੇਸਮੈਂਟ ਸਕਿੱਲ ਓਰੀਐਂਟ ਇੰਸਟ੍ਰਕਸ਼ਨਸ ਇਹ ਤਿੰਨੋਂ ਜਿਹੜੀਆਂ ਇਹ ਦੌਰਾਨ ਹੋਣੇ ਚਾਹੀਦੀਆਂ ਨੇ ਆਲ ਆਫ ਅਬਵ ਆਪਣਾ ਰਾਈਟ ਆ ਜਿਹੜਾ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਅਧਿਆਪਕ ਆਪਣੇ ਪਾਠਕ੍ਰਮ ਨੂੰ ਲਚਕੀਲਾ ਬਣਾਉਣ ਲਈ ਆਟੋਨੋਮੀ ਦਾ ਆਨੰਦ ਜਿਹੜਾ ਮਾਣ ਸਕਦਾ ਹੈ ਇਹ ਕਥਨ ਹੈ ਜਿਹੜਾ ਕਿਸ ਦਾ ਸੀ टीचर्स एन्जॉय द ऑटोनॉमी टू मेक देयर करिकुलम फ्लेक्सिबल दिस इज स्टेटमेंट ये स्टेटमेंट किस दी सी जे कथन की है ये थी पूछे गए सही है गलत है आंशिक रूप दे विच सही है या आंशिक रूप दे विच गलत है तो एक कथन है जेड़ा गलत है यानी कि ये कथन सही नहीं है फाल्स है ये स्टेटमेंट है जेड़ी गलत है ऑप्शन आडा ਆਪਣਾ ਰਾਈਟ ਆਨਸਰ ਹੈ ਇਹ। ਅਗਲਾ ਪ੍ਰਸ਼ਨ ਹੈ ਕਿਸ ਨੇ ਕਿਹਾ ਕਿ ਇੱਕ ਲੈਂਪ ਜਿੰਨੀ ਦੇਦ ਵਿੱਚ ਆਪਣੀ ਜੋਤ ਨੂੰ ਜਗਦਾ ਨਹੀਂ ਰੱਖਦਾ ਓਨੀ ਦੇਦ ਦੂਸਰੇ ਲੈਂਪ ਨੂੰ ਨਹੀਂ ਜਗਾ ਸਕਦਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਲਾਈਨਾਂ ਜ਼ਰੂਰ ਆਉਂਦੀਆਂ ਨੇਗੀਆਂ। ਤਾਂ ਇਹ ਦੱਸਣਾ ਹੈ ਕਿਸ ਦੀਆਂ ਲਾਈਨਾਂ ਨੇ? ਐਮ ਕੇ ਗਾਂਧੀ ਯਾਨੀ ਕਿ ਮਹਾਤਮਾ ਗਾਂਧੀ ਦੀਆਂ, ਰਵਿੰਦਰਨਾਥ ਟੈਗੋਰ ਦੀਆਂ। ਉਲੂਸੂਦੀਆਂ ਜਾਂ ਪਲੇਟ ਹੁੰਦੀਆਂ ਤਾਂ ਇੱਕ ਅਥਨਾ ਹੈ ਜਿਹੜਾ ਜਾਈ ਲਾਈਨਾਂ ਨੇ ਇਹ ਅਰਵਿੰਦranath ਟੈਗੋਰ ਦੀਆਂ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਇੱਕ ਲੈਂਪ ਜਿੰਨੀ ਦੇਰ ਵਿੱਚ ਆਪਣੀ ਜੋਤ ਨੂੰ ਜਗਦਾ ਨਹੀਂ ਰੱਖਦਾ ਉਨੀ ਦੇਰ ਤੱਕ ਉਹ ਦੂਸਰੇ ਲੈਂਪ ਨੂੰ ਜਿਹੜਾ ਨਹੀਂ ਜਗਾ ਸਕਦਾ ਇਹ ਲੈਂਪ ਕੈਨ ਨੈਵਰ ਲਾਈਟ ਅਨਦਰ ਲੈਂਪ ਅਨਲੈਸ ਇਟ ਕੰਟੀਨਿਊਸ ਟੂ ਬਰਨ ਇਟਸ ਫਲੇਮ ਦਾ ਅਰਵਿੰਦranath ਟੈਗੋਰ ਨੇ ਜਿਹੜਾ ਕਿਹਾ ਸੀ ਇਹਨਾਂ ਦੀਆਂ ਜਿਹੜੀਆਂ ਲਾਈਨਸ ਨੇ ਤਾਂ ਇਹਨਾਂ ਲਾਈਨਸ ਨੂੰ ਪ੍ਰਸ਼ਨ ਬਣਾ ਕੇ ਤੁਹਾਡੇ ਇਗਜ਼ਾਮ ਦੇ ਵਿੱਚ ਜਿਹੜਾ ਪਾਇਆ ਜਾਂਦਾ ਹੈ ਤਾਂ ਇਹ ਯਾਦ ਰੱਖਣਾ ਔਖਾ ਹੈ ਕੁਦਰਤੀ ਤੁਹਾਡੇ ਯਾਦ ਰਹੇ ਜੀ ਤਾਂ ਉਹ ਵੱਖ ਗੱਲ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਡੀਪਲੀ ਕੁਐਸਚਨ ਆਪਾਂ ਕਹਿ ਸਕਦੇ ਹਾਂ ਅਗਲਾ ਪ੍ਰਸ਼ਨ ਹੈ ਚੰਗੇ ਅਧਿਆਪਕ ਨੁਕਸ ਜਿਹੜਾ ਦੂਰ ਕਰ ਸਕਦੇ ਨੇ ਗੁੱਡ ਟੀਚਰ ਕੈਨ ਓਵਰਕਮ ਦਾ ਡਿਫੈਕਟ ਇਜ਼ ਆਫ ਪਾਠਕ੍ਰਮ ਦੇ ਤਰੀਕਿਆਂ ਦੇ ਮਾਧਿਅਮ ਦੇ ਜਾਂ ਵਿਵਸਥਾ ਦੇ ਤਾਂ ਚੰਗੇ ਜੋ ਅਧਿਆਪਕ ਹੁੰਦੇ ਆ ਗੁੱਡ ਟੀਚਰਸ ਹੁੰਦੇ ਆ ਤਾਂ ਇਹ ਨੁਕਸ ਹੈ ਜਿਹੜਾ ਡਿਫੈਕਟ ਹੈ ਜਿਹਨੂੰ ਆਪਾਂ ਅੱਗੇ ਨੇ ਦੂਰ ਕਰ ਸਕਦੇ ਨੇ ਉਹ ਕਰ ਸਕਦੇ ਆ ਵਿਵਸਥਾ ਦੇ ਜਿਹਨੂੰ ਆਪਾਂ ਸਿਸਟਮ ਕਹਿੰਦੇ ਆ ਸਿਸਟਮ ਦੇ ਆਪਸ਼ਨਸ ਅਸਾਇਡ ਆਪਣਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਹੈ ਕਿਸੇ ਅਧਿਆਪਕ ਦੀ ਬੌਧਿਕ ਸਮਰੱਥਾ ਕਿਸ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਇੰਟੈਲੈਕਚੁਅਲ ਅਥਾਰਟੀ ਆਫ ਅ ਟੀਚਰ ਇਜ਼ ਅ ਮਸਟ ਟੂ ਗੇਨ ਬੌਧਿਕ ਸਮਰੱਥਾ ਜਿਹਨੂੰ ਆਪਾਂ ਕਹਿੰਦੇ ਆ ਖੁਸ਼ੀ ਦੀ ਸਤਿਕਾਰ ਦੀ ਵਿਸ਼ਵਾਸ ਦੀ ਜਾਂ ਇਹਨਾਂ ਸਾਰਿਆਂ ਦੀ ਤਾਂ ਕਿਸੇ ਅਧਿਆਪਕ ਦੀ ਬੌਧਿਕ ਸਮਰੱਥਾ ਜਿਹੜੀ ਇਹਨਾਂ ਸਾਰਿਆਂ ਦੀ ਆਏਗਾ ਆਲ ਆਫ ਅਬਵ ਜਿਹਦੇ ਵਿੱਚ ਖੁਸ਼ੀ ਆ ਗਿਆ ਹੈਪੀਨੈਸ ਜਿਹਨੂੰ ਆਪਾਂ ਕਹਿੰਦੇ ਆ ਸਤਿਕਾਰ ਆ ਗਿਆ ਰਿਸਪੈਕਟ ਆ ਗਈ ਵਿਸ਼ਵਾਸ ਆ ਗਿਆ ٹرسٹ ਆ ਗਿਆ ਆਲ ਆਫ ਅਬਬਾ ਤਾਂ ਆਪਸ਼ਨ ਸਸਾ ਜਿਹੜਾ ਆਪਾਂ ਆਪਣਾ ਰਾਈਟ ਆਨਸਰ ਬਣੇਗਾ ਅਗਲਾ ਪ੍ਰਸ਼ਨ ਇੱਕ ਚੰਗਾ ਅਧਿਆਪਕਾ ਜਿਹੜਾ ਹੋਣਾ ਚਾਹੀਦਾ ਹੈ ਇਹ ਗੁੱਡ ਟੀਚਰ ਮਸਟ ਬੀ ਇੱਕ ਚੰਗਾ ਪ੍ਰਸ਼ਾਸਕ ਇੱਕ ਚੰਗਾ ਪ੍ਰਚਾਰਕ ਇੱਕ ਚੰਗਾ ਆਗੂ ਜਾਂ ਇੱਕ ਚੰਗਾ ਮਾਰਗਦਰਸ਼ਕ ਇਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਇੱਕ ਗੁੱਡ ਗਾਈਡ ਜੈ ਗੁੱਡ ਲੀਡਰ ਜੈ ਗੁੱਡ ਐਡਮਿਨਿਸਟਰੇਟਰ ਜੈ ਆਪਣਾ ਪ੍ਰਚਾਰਕ ਪ੍ਰਚਾਰਕ ਆ ਗਿਆ ਤਾਂ ਇੱਕ ਚੰਗਾ ਜਿਹੜਾ ਅਧਿਆਪਕ ਹੈ ਉਹ ਚੰਗਾ ਮਾਰਗਦਰਸ਼ਕ ਜਿਹੜਾ ਹੋਣਾ ਚਾਹੀਦਾ ਹੈ ਇਹ ਗੁੱਡ ਗਾਈਡ ਤੁਹਾਨੂੰ ਗਾਈਡ ਕਰਨ ਵਾਲਾ ਆਪਸ਼ਨ ਸਸਾਈਡ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਅਧਿਆਪਕ ਜਿਹੜਾ ਉੱਤਰਦਾਈ ਹੋਣੇ ਚਾਹੀਦੇ ਨੇ ਜਾਂ ਅਧਿਆਪਕ ਜਿਹੜੇ ਉੱਤਰਦਾਈ ਹੋਣੇ ਚਾਹੀਦੇ ਨੇ ਟੀਚਰ ਸ਼ੁੱਡ ਬੀ ਮੇਡ ਕਾਉਂਟੇਬਲ ਫੋਰ ਵਿਦਿਆਰਥੀਆਂ ਦੀ ਪ੍ਰਾਪਤੀ ਲਈ ਜਾਂ ਵਿਦਿਆਰਥੀਆਂ ਦੇ ਤੌਰ ਤਰੀਕੇ ਲਈ ਜਾਂ ਆਪਣੇ ਅਧਿਆਪਨ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇੱਕ ਅਧਿਆਪਕ ਨੇ ਜਿਹੜਾ ਇੱਕ ਅਧਿਆਪਕ ਹੈ ਇਹ ਜਿਹੜਾ ਉਤਰਦਾਈ ਹੋਣਾ ਚਾਹੀਦਾ ਹੈ ਉਹ ਆਪਣੇ ਅਧਿਆਪਨ ਲਈ ਥੇਅਰ ਟੀਚਿੰਗ ਆਪਣੇ ਅਧਿਆਪਨ ਲਈ ਹੈ ਜਿਹੜਾ ਅਧਿਆਪਕ ਜਾਨੀ ਕੀ ਪੜਾਉਣਾ ਉਤਰਦਾਈ ਹੈ ਜਿਹੜੇ ਹੋਣੇ ਚਾਹੀਦੇ ਨੇ ਅਧਿਆਪਕ ਪੁੱਛ ਲਾਣ ਜਦ ਇੱਕ ਅਧਿਆਪਕ ਬੋਚ ਲਾਣ ਇੱਕ ਵਚਨ ਚ ਪ੍ਰਸ਼ਨ ਮੰਨ ਜੇ ਜਾਂ ਬਹੁ ਵਚਨ ਚ ਮੰਨ ਜੇ ਤਾਂ ਆਨਸਰ ਜਿਹੜਾ ਇਹੀ ਆਏਗਾ ਆਪਣੇ ਪੜਾਉਣ ਪ੍ਰਤੀ ਆਪਣੇ ਅਧਿਆਪਨ ਪ੍ਰਤੀ ਟੀਚਿੰਗ ਪ੍ਰਤੀ ਉੱਤਰਦਾਇ ਜਿਹੜਾ ਇੱਕ ਅਧਿਆਪਕ ਹੋਣਾ ਚਾਹੀਦਾ ਹੈ ਅਗਲਾ ਪ੍ਰਸ਼ਨ ਹੈ ਅਧਿਆਪਕ ਦੇ ਤੌਰ ਤੇ ਮੈਂ ਸਭ ਤੋਂ ਪਹਿਲਾਂ ਪਸੰਦ ਕਰਾਂਗਾ ਤੁਸੀਂ ਇੱਕ ਅਧਿਆਪਕੋਂ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕੀ ਪਸੰਦ ਕਰੋਗੇ ਐਜ਼ ਅ ਟੀਚਰ ਹੂਡ ਫਰਸਟ ਲਾਈਕ ਟੂ ਵਿਦਿਆਰਥੀਨਾਂ ਦਾ ਧਿਆਨ ਖਿੱਚਣ ਦਾ ਠੋਸ ਗਿਆਨ ਦਾ ਆਧਾਰ ਦੇਣ ਦਾ ਜਾਂ ਸਖਤ ਅਨੁਸ਼ਾਸਨ ਬਣਾਉਣ ਦਾ ਜਾਂ ਵਿਦਿਆਰਥੀ ਨੂੰ ਵਿਚਾਰ ਬਟਾਂਦਰੇ ਲਈ ਉਤਸ਼ਾਹਿਤ ਕਰਨ ਦਾ ਤਾਂ ਇੱਕ ਅਧਿਆਪਕ ਦੇ ਤੌਰ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਤੁਸੀਂ ਪਸੰਦ ਕਰੋਗੇ ਫਰਸਟ ਲਾਈਕ ਤਾਂ ਉਹ ਹੈਗਾ ਵਿਦਿਆਰਥੀਆਂ ਦਾ ਧਿਆਨ ਖਿੱਚਣਾ ਅਟੈਂਸ਼ਨ ਆਫ ਸਟੂਡੈਂਟਸ ਇਹਨੂੰ ਆਪਾਂ ਕਹਿੰਦੇ ਆ ਤਾਂ ਵਿਦਿਆਰਥੀਆਂ ਦਾ ਤੁਸੀਂ ਧਿਆਨ ਜਿਹੜਾ ਆਪਣੇ ਵੱਲ ਖਿੱਚੋਗੇ ਦਾ অপਸ਼ਨ 우ਡ ਆਪਣਾ রাইট आंसर आएगा ਤਾਂ ਇਥੇ ਪੁੱਛਿਆ ਗਿਆ ਕਿ ਤੁਸੀਂ ਅਧਿਆਪਕੋਂ ਜਾਂ ਮੈਂ ਅਧਿਆਪਕਤਾ ਕੀਤਾ ਪਸੰਦ ਕਰਦਾ ਹਾਂ ਕਿਉਂਕਿ ਕਿਉਂ ਜਿਹੜਾ ਅਧਿਆਪਕਤਾ ਕੀਤਾ ਤੁਸੀਂ ਪਸੰਦ ਕਰਦੇ ਹੋ ਇਹ ਸੌਖਾ ਹੈ ਇਸ ਵਿੱਚ ਘੱਟ ਮਿਹਨਤ ਦੀ ਲੋੜ ਹੈ ਇੱਕ ਅਜਿਹਾ ਕੀਤਾ ਜਿਸ ਵਿੱਚ ਤੁਸੀਂ ਭਵਿੱਖ ਦੀ ਪੀੜ੍ਹੀ ਨੂੰ ਦਿਸ਼ਾ ਦੇ ਸਕਦੇ ਹੋ ਜਾਂ ਇਸ ਕਿੱਤੇ ਦੇ ਵਿੱਚ ਬਹੁਤ ਛੁੱਟੀਆਂ ਨੇ ਜਿਹੜੀਆਂ ਹੁੰਦੀਆਂ ਨੇ I like teaching profession because ਤਾਂ ਇਹ ਜਿਹੜਾ ਆਪਣਾ ਆਨਸਰ ਬਣੇਗਾ ਦੋ ਆਪਸ਼ਨ ਆਪਣੀ ਅਗਲੀ ਪੇਜ ਤੇ ਨੇ ਤਾਂ ਰਾਈਟ ਆਨਸਰ ਬਣਦਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇੱਕ ਅਜਿਹਾ ਕੀਤਾ ਹੈ ਜਿਸ ਵਿੱਚ ਤੁਸੀਂ ਭਵਿੱਖ ਦੀ ਪੀੜ੍ਹੀ ਨੂੰ ਦਿਸ਼ਾ ਜਿਹੜੀ ਦੇ ਸਕਦੇ ਹੋ ਡਾਇਰੈਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਇਟ ਇਜ਼ ਅ profession ਇਨ ਵਿੱਚ ਜੂ ਕੈਨ ਗਿਵ ਅ ਡਾਇਰੈਕਸ਼ਨ ਇਨ ਅ ਫਿਊਚਰ ਜਨਰੇਸ਼ਨ ਤਾਂ ਇਸ ਕਰਕੇ ਜਿਹੜਾ ਅਧਿਆਪਕ ਦਾ ਕੀਤਾ ਹੈ ਤੁਸੀਂ ਜਾਂ ਮੈਂ ਪਸੰਦ ਕਰਦੇ ਹਾਂ অপਸ਼ਨ ਈ ਡੀ ਜੈਡ ਆਪਣਾ ਰਾਈਟ ਆਨਸਰ ਆਏਗਾ ਅਗਲਾ ਪ੍ਰਸ਼ਨ ਹੈ ਅਧਿਆਪਕ ਦੇ ਤੌਰ ਤੇ ਤੁਹਾਡਾ ਮੁਢਲਾ ਕਰਤੱਬ ਹੈ ਜਿਹੜਾ ਕੀ ਹੈ ਤੁਸੀਂ ਇੱਕ ਅਧਿਆਪਕ ਕਿਉਂ ਐਡੇ ਐਡੇ ਐਜ਼ ਅ ਟੀਚਰੋਂ ਤਾਂ ਤੁਹਾਡੀ ਪ੍ਰਾਈਮ ਡਿਊਟੀ ਜਿਹਨੂੰ ਆਪਾਂ ਕਹਾਂਗੇ ਕੀ ਹੈ ਸਲੇਵ ਸਾਈਡ ਦਾ ਮੁਕੰਮਲ ਕਰਨਾ ਆਪਣੇ ਪ੍ਰਿੰਸੀਪਲ ਦੇ ਹੁਕਮਾਂ ਦਾ ਪਾਲਣ ਕਰਨਾ ਵਿਦਿਆਰਥੀਆਂ ਨੂੰ ਸਰੀਰਕ ਅਤੇ ਸਮਾਜਿਕ ਵਾਤਾਵਰਨ ਸਮਝਾਉਣ ਦੇ ਵਿੱਚ ਮਦਦ ਕਰਨਾ ਜਾਂ ਸਕੂਲ ਦੇ ਵਿੱਚ ਅਨੁਸ਼ਾਸਨ ਕੰਮ ਕਰਨਾ ਅਧਿਆਪਕ ਦੇ ਤੌਰ ਤੇ ਤੁਹਾਡਾ ਜਿਹੜਾ ਮੋਡਲਾ ਫਰਜ ਬੰਦਾ ਹੈ ਉਹ ਹੋਏਗਾ ਵਿਦਿਆਰਥੀਆਂ ਨੂੰ ਸਰੀਰਕ ਅਤੇ ਸਮਾਜਿਕ ਵਾਤਾਵਰਨ ਸਮਝਾਉਣ ਦੇ ਵਿੱਚ ਮਦਦ ਕਰਨਾ অপਸ਼ਨ ইডি টু হেল্প স্টুডেন্টস টু ਅੰਡਰਸਟੈਂਡ ফিজিক্যাল ਐਂਡ સોશિયલ এনवायरमेंट ਤਾਂ ਅਧਿਆਪਕ ਦੇ ਤੌਰ ਤੇ ਤੁਹਾਡਾ ਮੋਡਲਾ ਕਰਤੱਬ ਹੈ ਪ੍ਰਾਈਮ ਡਿਊਟੀ ਹੈ ਐਜ਼ ਅ ਟੀਚਰ অপশন ইডি अपना राइट आंसर आएगा अगला प्रश्न है अध्यापक ਦੇ ਘਰ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਹੋਣੀ ਚਾਹੀਦੀ ਹੈ ਕਿਹੜੀ ਚੀਜ਼ ਹੈ ਜਿਹੜੀ ਕਦੇ अध्यापक ਦੇ ਘਰ ਵਿੱਚ ਸਭ ਤੋਂ ਜ਼ਰੂਰੀ ਹੋਣੀ ਚਾਹੀਦੀ ਹੈ ਅਧਿਆਨ ਲਈ ਮੇਜ਼ ਕੁਰਸੀ ਨਿੱਜੀ ਲਾਇਬ੍ਰੇਰੀ ਛੋਟਾ ਪੂਜਾ ਘਰ ਜਾਂ ਸਰਸਵਤੀ ਮਾਂ ਦੀ ਫੋਟੋ ਤਾਂ ਅਧਿਆਪਕ ਦੇ ਘਰ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਉਹ ਨਿੱਜੀ ਲਾਇਬ੍ਰੇਰੀ ਹੋਣੀ ਹੈ ਜਿਹੜੀ ਜ਼ਰੂਰੀ ਹੈ ਪਰਸਨਲ ਲਾਇਬ੍ਰੇਰੀ ਨੂੰ ਆਪਾਂ ਕਹਿੰਦੇ ਆ ਦਾ ਮੋਸਟ ਇੰਟਰਨਲ ਥਿੰਗ ਇਨ ਅ ਟੀਚਰਸ ਹੋਮ ਸ਼ੁੱਡ ਬੀ ਨਿੱਜੀ ਲਾਇਬ੍ਰੇਰੀ ਪਰਸਨਲ ਲਾਇਬ੍ਰੇਰੀ ਜਿਹੜੀ ਅਧਿਆਪਕ ਦੇ ਘਰ ਵਿੱਚ ਸਭ ਤੋਂ ਜ਼ਰੂਰੀ ਹੈ ਜਿਹੜੀ ਹੋਣੀ ਚਾਹੀਦੀ ਹੈ ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ ਕੰਟੀਨਿਊ ਤੁਹਾਨੂੰ ਇਹ ਪ੍ਰਸ਼ਨ ਇਹਦੇ ਪ੍ਰੋਵਾਈਡ ਕਰਦੇ ਰਹਾਂਗੇ ਜਦ ਤੱਕ ਐਗਜ਼ਾਮ ਨਹੀਂ ਹੁੰਦਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇਆ ਕਰੋ ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ ਉਹ ਤੱਕ ਲਈ ਧੰਨਵਾਦ